ਦੋ ਕੁ ਜਣਿਆਂ ਨੇ ਕਿਹਾ ਸੀ, ਉਦੋਂ ਮੈਨੂੰ ਵਿਸ਼ਵਾਸ ਨਹੀਂ ਹੋਇਆ ਸ਼ੂਗਰ ਠੀਕ ਹੋਈ ਉਹਨਾਂ ਦੀ, ਮੈਂ ਸਹੀ ਗੱਲ ਆ ਮੈਂ ਬਿਲੀਵ ਨਹੀਂ ਕੀਤਾ, ਅਤੇ ਜਦੋਂ ਕਾਫੀ ਜਣਿਆਂ ਨੇ ਮੈਨੂੰ ਮਤਲਬ ਕਿ ਉਹਨਾਂ ਨੇ ਗਾਂਹ ਗਾਂਹ, ਕਿਉਂਕਿ ਇੱਕ ਪਿੰਡ 'ਚ ਮਰੀਜ਼ ਹੋਵੇ ਨਾ ਸ਼ੂਗਰ ਦਾ, ਅਤੇ ਉਹਨੂੰ ਪਤਾ ਹੁੰਦਾ ਕਿ ਸਾਡੇ ਪਿੰਡ 'ਚ ਕਿੰਨੇ ਕੁ ਮਰੀਜ਼ ਆ ਸ਼ੂਗਰ ਦੇ, ਅਤੇ ਉਹ ਫਿਰ ਉਹਨੇ ਚਾਰ ਪੰਜ ਬੰਦੇ ਠੀਕ ਹੈ, ਫਿਰ ਮੈਨੂੰ ਵਿਸ਼ਵਾਸ ਹੋਇਆ। ਫਿਰ ਇੱਕ ਮੈਂ ਹਾਂ ਯਾਰ, ਜਿੱਦਾਂ ਗੋਡਿਆਂ ਦਾ ਵੀ ਕਹਿੰਦੇ ਆ, ਯੂਟਿਊਬ 'ਤੇ ਪੜ੍ਹੀ ਵੇਖੀ ਦਾ, ਗੂਗਲ 'ਤੇ ਵੇਖੀ। ਸ਼ੂਗਰ ਦੇ ਕਿੰਨੇ ਮਰੀਜ਼ ਠੀਕ ਕਰਤੇ? ਸ਼ੂਗਰ ਦੇ ਕੋਈ 25-30 ਮਤਲਬ ਕਿ ਜਿਹੜੇ ਮੇਰੇ ਕੋਲ ਜਿਨ੍ਹਾਂ ਨੇ ਲਏ ਆ ਉਹ ਬਿਲਕੁਲ ਠੀਕ ਹੋਏ ਆ, ਗੋਲੀ ਛੁੱਟ ਗਈ ਆ। ਅੱਛਾ। ਇੱਕ ਬੰਦੇ ਨੇ ਮੈਨੂੰ ਇੱਥੋਂ ਤੱਕ ਕਿਹਾ ਸੀ ਕਿ ਮੇਰੀ 400 ਤੋਂ ਸ਼ੂਗਰ ਡਾਊਨ ਆਈ ਆ। ਅੱਛਾ ਜੀ। 400 ਵੀ ਸ਼ੂਗਰ ਸੀ ਅਤੇ ਮੇਰੀ ਰਹਿੰਦੀ ਸੀ, ਮੇਰੀ ਉਹ ਵੀ ਡਾਊਨ ਹੋਈ ਇਹਦੇ ਨਾਲ। ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਇਹ ਆ ਕਿ ਵਿਟਾਮਿਨ ਸੀ ਕਹਿੰਦੇ ਬਹੁਤ ਜ਼ਿਆਦਾ ਇਹਦੇ ਵਿੱਚ, ਡਾਕਟਰ ਵੀ ਕਹਿੰਦੇ ਆ ਜਾਂ ਹੋਰ ਵੀ, ਵਿਟਾਮਿਨ ਸੀ ਜ਼ਿਆਦਾ ਪਾਇਆ ਜਾਂਦਾ ਸੰਤਰੇ 'ਚ, ਨਿੰਬੂ 'ਚ, ਉਹਨਾਂ ਨਾਲੋਂ ਵੀ ਜ਼ਿਆਦਾ ਹੈ। ਵਿਟਾਮਿਨ ਸੀ ਦਾ ਕੰਮ ਕੀ ਹੁੰਦਾ? ਆਪਣੀ ਬੋਡੀ ਦੇ ਵਿੱਚ ਜਿਹੜੀ ਆਪਣੀ ਪ੍ਰੋਟੈਕਸ਼ਨ ਕਰਦਾ ਆ, ਆਪਣੀ ਬੋਡੀ ਖੁਦ ਹੀ ਆਪਣੇ ਆਪ 'ਚ ਕਹਿੰਦੇ ਡਾਕਟਰ ਆ, ਪਰ ਜੇ ਉਹਨੂੰ ਪ੍ਰੋਪਰ ਚੀਜ਼ਾਂ ਮਿਲਦੀਆਂ ਜਾਣ। ਪੁਰਾਣੇ ਲੋਕ ਆਪਣੇ ਬਿਮਾਰ ਕਿਉਂ ਨਹੀਂ ਹੁੰਦੇ ਸੀ? ਉਹ ਚੰਗੀਆਂ ਚੀਜ਼ਾਂ ਖਾਂਦੇ ਸੀ, ਦੁੱਧ ਦਹੀਂ ਚੰਗਾ, ਡੰਗਰ ਬਾਹਰ ਆਪਣੇ ਪਸ਼ੂ ਬਾਹਰ ਚਰਨ ਜਾਂਦੇ ਸੀ, ਦੇਸੀ ਘਿਓ ਬਣਦਾ ਦੁੱਧ ਤੋਂ, ਕਈਆਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਉਹ ਵਿਚਾਰੇ ਖਾਂਦੇ ਸੀ ਜਾਨਵਰ, ਉਹੀ ਆਪਾਂ ਦੁੱਧ ਪੀਂਦੇ, ਉਹੀ ਅਸਰ ਹੋਣਾ ਜਾਂਦਾ, ਅਤੇ ਉਹ ਬਿਮਾਰ ਹੀ ਨਹੀਂ ਹੁੰਦੇ ਸੀ। ਜੇ ਉਦੋਂ ਕੋਈ ਖਾਦਾਂ ਨਹੀਂ, ਕੋਈ ਸਪਰੇਆਂ ਨਹੀਂ ਸੀ, ਅਤੇ ਉਹ ਬਿਮਾਰ ਨਹੀਂ ਸੀ। ਅਤੇ ਅੱਜ ਤੁਸੀਂ ਵੇਖ ਲਓ ਕਿ ਫਲ ਨੂੰ ਸਬਜ਼ੀਆਂ ਨੂੰ ਪੱਕਣ ਹੀ ਨਹੀਂ ਦਿੰਦੇ, ਪਹਿਲਾਂ ਹੀ ਸਪਰੇਆਂ ਕਰੀ ਜਾਂਦੇ ਆ, ਉਹਨੂੰ ਉਹਦੇ 'ਚ ਪੋਸ਼ਕ ਤੱਤ ਆਉਣ ਹੀ ਨਹੀਂ ਦਿੰਦੇ। ਆਪਣੀ ਜਿਹੜੀ ਬੋਡੀ ਕਹਿੰਦੇ ਆ ਤੱਤਾਂ ਦੇ ਨਾਲ ਚੱਲਦੀ ਆ, ਨਾ ਕਿ ਭੋਜਨ ਦੇ ਨਾਲ। ਜੋ ਆਪਾਂ ਖਾਂਦੇ ਹਾਂ ਡੇਲੀ, ਉਹ ਵੇਸਟ ਜਿਹੜਾ ਹੁੰਦਾ ਬਾਹਰ ਨਿਕਲ ਜਾਂਦਾ, ਜਿਹੜੇ ਕੁਦਰਤ ਨੇ ਇਹਦੇ ਵਿੱਚ ਤੱਤ ਪਾਏ ਨੇ ਆਪਣੀ ਬੋਡੀ ਖਿੱਚ ਲੈਂਦੀ ਉਹਨਾਂ ਨੂੰ। ਅਤੇ ਇਹੀ ਆ ਕਿ ਜਿਹੜੇ ਉਹ ਤੱਤ ਆ ਨਾ, ਅੱਜ ਨਹੀਂ ਆਪਾਂ ਨੂੰ ਮਿਲਦੇ, ਆਪਣੇ ਆਪਣੀ ਬੋਡੀ ਤਾਂ ਹੀ ਬਿਮਾਰ ਆ। ਅਤੇ ਇਹੀ ਚੀਜ਼ਾਂ ਤੁਹਾਨੂੰ ਅੰਗਰੇਜ਼ੀ ਦਵਾਈਆਂ 'ਚੋਂ ਮਿਲਦੀਆਂ, ਅਤੇ ਉਹ ਆਪਣੇ ਹਜ਼ਾਰਾਂ ਲੱਖਾਂ ਰੁਪਈਏ ਮਿਲਦੇ ਆ, ਉੱਧਰ ਆਪਣੇ ਖਰਚੇ ਹੁੰਦੇ ਆ। ਫਿਰ ਸਾਨੂੰ ਗੋਡਿਆਂ ਦਾ ਬੜਾ ਵਧੀਆ ਰਿਜ਼ਲਟ ਮਿਲਿਆ, ਇੱਕ ਬੰਦਾ ਸੀ ਉਹਦੇ ਗੋਡੇ ਬਦਲਨੇ ਪੈਣੇ, ਉਹ ਕਹਿੰਦਾ ਮੈਂ ਠੀਕ ਹੋਇਆ। ਸੈਕਸ ਦੇ ਬੜੀ ਵਧੀਆ ਰਿਜ਼ਲਟ ਮਿਲੇ, ਜਿਹੜੇ ਯੰਗ ਏ ਉਹਨਾਂ ਨੇ ਕਿਹਾ, ਇੱਕ 50-55 ਸਾਲ ਦਾ ਉਹਨੇ ਕਿਹਾ ਮੇਰੀ ਪ੍ਰੋਬਲਮ ਠੀਕ ਹੋਈ, ਠੀਕ ਆ। ਇੱਦਾਂ ਇੱਕ ਵੇਟ ਦਾ ਸਾਨੂੰ ਰਿਜ਼ਲਟ ਮਿਲਿਆ, ਉਹਨੇ ਕਿਹਾ ਮੇਰਾ 11 ਕਿਲੋ ਵੇਟ ਘਟਿਆ। ਫਿਰ ਸ਼ੂਗਰ ਵਾਲੇ ਤੁਹਾਨੂੰ ਅੱਗੇ ਵੀ ਦੱਸਿਆ ਕਈ ਠੀਕ ਹੋਏ ਆ। ਅੱਛਾ, ਗੋਡਿਆਂ ਦਾ, ਗੋਡਿਆਂ ਦੀ ਕੀ ਪ੍ਰੋਬਲਮ ਸੀ ਜਿਹੜੀ ਤੁਸੀਂ? ਗੋਡੇ ਉਹਦੇ ਬਦਲਨੇ ਪੈਣੇ ਸੀ, ਉਹ ਮੈਨੂੰ ਕਹਿੰਦਾ ਸੀ ਕਿ ਮੈਨੂੰ ਐਂ ਲੱਗਦਾ ਕਿ 6 ਮਹੀਨੇ ਨੂੰ ਮੈਂ ਖਤਮ ਹੋ ਜਾਣਾ ਆ, ਕਹਿੰਦਾ ਕਿ ਮੈਨੂੰ ਐਂ ਲੱਗਦਾ ਅਤੇ ਗੋਡੇ ਐਂ ਵਿੰਗੇ ਹੋ ਗਏ ਤੁਰਦਾ ਸੀ। ਅਤੇ ਉਹ ਹਿਸਾਬ ਲਾ ਲਓ ਉਹਨੇ 1.5 ਮਹੀਨਾ ਖਾਧਾ, ਉਹਨੂੰ ਪਤੇ ਦਿੱਤੇ, ਉਹਨੇ 1.5 ਮਹੀਨਾ ਖਾਧਾ ਸਿਰਫ, ਤਾਂ ਉਹ ਕਹਿੰਦਾ ਮੈਂ ਬਿਲਕੁਲ ਠੀਕ ਆ, ਕੋਈ ਪੀੜ ਨਹੀਂ, ਮੈਂ 30-32 ਕਿੱਲਿਆਂ ਦੀ ਮੇਰੀ ਵਾਈ ਆ ਸਾਰੀਆਂ ਪੈਣੀਆਂ, ਕਹਿੰਦਾ ਮੈਂ ਖਾਧਾ ਪਾਉਂਦੇ ਹਾਂ। ਇੰਨਾ ਇਹ ਗੁਣਕਾਰੀ ਆ ਇਹਦੇ 'ਚ। ਕੈਲਸ਼ੀਅਮ, ਗੋਡਿਆਂ ਲਈ ਆਪਣੇ ਹੱਡੀਆਂ ਲਈ ਕੈਲਸ਼ੀਅਮ ਚਾਹੀਦੀ ਹੁੰਦੀ ਆ, ਕੈਲਸ਼ੀਅਮ ਇਹਦੇ ਵਿੱਚ ਬਹੁਤ ਜ਼ਿਆਦਾ ਆ, ਵਿਟਾਮਿਨ ਏ ਬਹੁਤ ਜ਼ਿਆਦਾ ਇਹਦੇ ਵਿੱਚ। ਜਿੰਨੀਆਂ ਵੀ ਚੀਜ਼ਾਂ ਨਾ ਤੁਹਾਨੂੰ ਗਾਜਰ 'ਚੋਂ ਵਿਟਾਮਿਨ ਏ ਮਿਲਦਾ, ਉਹਨਾਂ ਨਾਲੋਂ ਕੁਦਰਤ ਨੇ ਵਾਧੇ ਦੇ ਪੱਤਿਆਂ ਦੇ ਵਿੱਚ ਹੀ ਪਾਇਆ, ਜਿੱਦਾਂ ਨਾ ਕੁਦਰਤ ਦਾ ਪਤਾ ਹੀ ਨਹੀਂ, ਕੁਦਰਤ ਦਾ ਅੰਤ ਨਹੀਂ ਕੋਈ ਪਾ ਸਕਦਾ। ਕੁਦਰਤ ਨੇ ਬਹੁਤ ਕੁਛ ਆਪਾਂ ਨੂੰ ਜੜੀਆਂ ਬੂਟੀਆਂ ਰਾਹੀਂ ਦਿੱਤਾ ਆ, ਪਰ ਆਪਾਂ ਲੋਕ ਵਿਸ਼ਵਾਸ ਨਹੀਂ ਕਰਦੇ। ਆਪਾਂ ਲੋਕ ਡਾਕਟਰਾਂ ਦੇ ਚਲੇ ਗਏ ਹਾਂ, ਡਾਕਟਰਾਂ ਦੇ ਉਹ ਸਿਰਫ ਐਲੋਪੈਥੀ ਦੇ ਲਾਈ ਜਾਂਦੇ ਆ। ਐਲੋਪੈਥੀ ਨਾਲ ਕੋਈ ਬੰਦਾ ਇੱਕ ਦਾਅਵਾ ਕਰਦੇ ਕਿ ਮੈਂ ਠੀਕ ਹੋਇਆ, ਨਹੀਂ ਹੋਊਗਾ। ਕੋਈ ਨਾ ਕੋਈ ਆਯੁਰਵੈਦਿਕ ਟੋਟਕਾ ਨੇ ਜੇ ਵਰਤਿਆ ਉਦੋਂ ਠੀਕ ਹੋਇਆ ਹੋਊਗਾ। ਅੱਜ ਇਹਦਾ ਮਤਲਬ ਕਿ ਪ੍ਰਚਾਰ ਜ਼ਿਆਦਾ ਨਹੀਂ ਹੋਇਆ, ਕਿਉਂਕਿ ਲੋਕਾਂ ਦਾ ਆਯੁਰਵੈਦਿਕ ਤੋਂ ਵਿਸ਼ਵਾਸ ਉੱਠ ਗਿਆ, ਡਾਕਟਰਾਂ 'ਤੇ ਜ਼ਿਆਦਾ ਵਿਸ਼ਵਾਸ ਚਲੇ ਗਿਆ, ਅਤੇ ਡਾਕਟਰ ਇਸ ਚੀਜ਼ ਪਾਸੇ ਆਉਣ ਹੀ ਨਹੀਂ ਦਿੰਦੇ।